ਅਸੀਂ 32 ਸੈਕਟਰ ਤੋਂ ਆ ਰਹੇ ਸੀਗੇ, 3 ਦਿਨ ਸੀਗੇ ਅਤੇ ਸ਼ਨੀ ਦਾ ਮੰਦਰ ਕਰੋਸ ਕਰਨ ਲੱਗੇ ਸੀ, ਘਰ ਜਾ ਰਹੇ ਸੀਗੇ, ਪਰ ਗੱਡੀ ਆਈ ਸੀਗੀ ਤੇਜ਼ ਰਫ਼ਤਾਰ 'ਤੇ, ਉਹਨੇ ਸਾਨੂੰ ਚੱਕ ਕੇ ਮਾਰਿਆ ਉੱਥੇ। ਇਸ ਤੋਂ ਮੌਕੇ 'ਤੇ ਬੇਹੋਸ਼ ਹੋ, ਸਾਨੂੰ ਪਤਾ ਨਹੀਂ ਲੱਗਿਆ। ਬਾਅਦ 'ਚ ਅਸੀਂ ਵੀਡੀਓ ਦੇਖੀ CCTV 'ਤੇ, ਉਹ ਤੇਜ਼ ਰਫ਼ਤਾਰ ਉਹਨੇ ਸਾਨੂੰ ਚੱਕ ਕੇ ਮਾਰਿਆ। ਅਤੇ ਬਾਅਦ ਸਾਨੂੰ ਲੋਕਾਂ ਨੇ ਉੱਥੇ ਚੱਕ ਕੇ ਲੈ ਗਏ, ਉੱਥੇ ਗੱਡੀ ਲੋਕਾਂ ਨੇ ਉੱਥੇ ਰੋਕਣ ਦੀ, ਭੀੜ ਨੇ ਕੋਸ਼ਿਸ਼ ਕੀਤੀ ਗੱਡੀ ਰੋਕਣ, ਉਹਨੇ ਭੀੜ 'ਤੇ ਵੀ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ। ਅੱਛਾ। ਅਤੇ ਬਾਅਦ 'ਚ ਉਹਨੇ ਗੱਡੀ ਰੋਂਗ ਸਾਈਡ ਤੋਂ ਭਜਾ ਕੇ ਲੈ ਗਏ। ਅੱਛਾ, ਇਹ ਕਿਹੜਾ ਏਰੀਆ ਸੀ, ਕਿੰਨੇ ਵਜੇ ਦੀ ਘਟਨਾ ਸੀ, ਤੁਸੀਂ ਕਿੱਥੋਂ ਆਏ ਸੀ? 10:30 ਵਜੇ ਦੀ ਘਟਨਾ ਹੈ, ਸ਼ਨੀ ਦੇ ਮੰਦਰ ਦੇ ਸਾਹਮਣੇ, ਟਾਈਪ ਰੋਡ ਹੈ, ਟਾਈਪ ਰੋਡ ਸ਼ਨੀ ਦੇ ਮੰਦਰ ਸਾਹਮਣੇ। ਅੱਛਾ। ਅਤੇ ਅਸੀਂ 32 ਸੈਕਟਰ ਤੋਂ ਆ ਰਹੇ ਸੀ, ਘਰੇ ਜਾ ਰਹੇ ਸੀਗੇ ਅਸੀਂ। ਕਿੰਨੇ ਵਜੇ ਦਾ ਟਾਈਮ ਸੀ? 10:30 ਵਜੇ ਦਾ। 10:30 ਵਜੇ ਦਾ, 10:30। ਠੀਕ ਹੈ। ਅਤੇ ਜਿਹੜਾ ਗੱਡੀ ਵਾਲਾ, ਉਹ ਫੜਿਆ ਗਿਆ ਸੀ, ਫੜਿਆ ਨਹੀਂ ਗਿਆ? ਨਹੀਂ ਨਹੀਂ ਫੜਿਆ ਹੀ ਨਹੀਂ ਗਿਆ, ਉਹਨੇ ਨਾਲ ਹੀ ਭੱਜ ਗਿਆ, ਉੱਥੇ ਭੀੜ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਮੌਕੇ 'ਤੇ ਫਰਾਰ ਹੋ ਗਿਆ। ਤੁਸੀਂ ਬਾਈਕ ਦੇ ਵਿੱਚ ਕਿੰਨੇ ਜਣੇ ਸੀਗੇ? ਅਸੀਂ 3 ਜਣੇ ਸੀਗੇ ਬਾਈਕ 'ਤੇ। ਅੱਛਾ, ਤੁਹਾਡੇ ਸੱਟਾਂ ਲੱਗੀਆਂ ਨੂੰ, ਬਾਕੀਆਂ ਦੇ ਵੀ ਲੱਗੀਆਂ? ਬਾਕੀਆਂ ਦੇ ਵੀ ਲੱਗੀਆਂ। ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ? ਉਹਦੇ ਸਿਰ 'ਤੇ ਟਾਂਕੇ ਲੱਗੇ। ਅੱਛਾ। ਲੱਗੇ ਮੂੰਹ, ਪੈਰ, ਪੁਰ ਛਿੱਲੇ ਨੇ। ਅੱਛਾ, ਕਿੰਨੇ ਦਿਨ ਹੋ ਗਏ ਇਸ ਗੱਲ ਨੂੰ? 3 ਦਿਨ ਹੋ ਚੁੱਕੇ। ਪੁਲਿਸ ਕੰਪਲੇਂਟ ਕੀਤੀ ਫਿਰ ਤੁਸੀਂ? ਕੀਤੀ, ਦਰਖਾਸਤ ਲਿਖਾਈ ਸੀ। ਅੱਛਾ, ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ? ਪੁਲਿਸ ਵੱਲੋਂ ਤਾਂ ਪਹਿਲੇ ਦਰਖਾਸਤ ਲਿਖਾਉਣ ਗਏ, ਉਹ ਕਹਿੰਦੇ ਮੇਰਾ ਨੰਬਰ ਲੈ ਲਓ, ਗੱਡੀ ਨੰਬਰ ਮਿਲੇਗਾ ਅਤੇ ਫਿਰ ਆ ਜਾਇਓ। ਫਿਰ ਉੱਥੇ ਬੋਲੇ, ਫਿਰ ਉਹਨਾਂ ਧੱਕਿਆਂ ਨਾਲ ਦਰਖਾਸਤ ਲਿਖੀ ਹੈ। ਬਾਕੀ ਕਹਿੰਦੇ ਸੀਗੇ ਗੱਡੀ ਨੰਬਰ ਲੈ ਕੇ ਆਓ, ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ। ਸਾਨੂੰ ਕਹਿ ਰਹੇ ਗੱਡੀ ਨੰਬਰ ਲੈ ਕੇ, ਕੁਛ ਕੋਈ ਟਰੇਸ ਨਹੀਂ ਕੀਤਾ, ਨਾ ਉਹਨਾਂ ਵੱਲੋਂ ਫੋਨ ਆਇਆ, ਨੰਬਰ ਵੀ ਲਿਖਵਾਇਆ ਸੀ, ਦਰਖਾਸਤ ਵੀ ਲਿਖਾਇਆ ਸੀ। ਤੋ ਕਹਿੰਦੇ ਸੀਗੇ 4 ਵਜੇ ਸਵੇਰੇ ਆਇਓ, ਅਗਲੇ ਦਿਨ, ਅਗਲੇ ਦਿਨ ਸਵੇਰੇ ਗਏ, ਉਹ ਕਹਿੰਦੇ ਸੀ ਟਾਈਮ ਨਹੀਂ ਸਾਡੇ ਕੋਲ, ਨਾ ਕਿ ਮੈਂ ਕੋਰਟ 'ਚ ਹਾਂ, ਬਾਅਦ 'ਚੋਂ ਦੇਖਾਂਗੇ, ਬਸ ਇੱਦਾਂ ਹੀ ਟਾਲ ਰਹੇ ਨੇ। ਅਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਸਾਨੂੰ ਮੰਗ ਇਹੀ ਹੈ, ਸਾਨੂੰ ਇਨਸਾਫ ਮਿਲੇ, ਗੱਡੀ ਵਾਲਾ ਫੜੇ, ਬਸ ਹੋਰ। ਠੀਕ ਹੈ। ਹਾਂਜੀ ਸਰ, ਇੱਕ ਟਾਈਪ ਰੋਡ ਦਾ ਮਾਮਲਾ ਦੱਸਿਆ ਜਾ ਰਿਹਾ, ਐਕਸੀਡੈਂਟ ਹੋਇਆ ਸਰ, ਕਾਰਨ ਕੀ ਹੈ? ਉਹਦੇ ਵਿੱਚ ਸਾਨੂੰ ਇਤਲਾਹ ਮਿਲੀ ਸੀਗੀ ਵੀ ਕਾਰ ਵਾਲਾ ਕੋਈ, ਉਹਨੇ ਜਿਹੜਾ ਬਾਈਕ 'ਤੇ 3 ਮੁੰਡੇ ਜਾ ਰਹੇ, ਉਹਨੂੰ ਟੱਕਰ ਮਾਰੀ, ਐਕਸੀਡੈਂਟ ਕੀਤਾ ਸ਼ਨੀ ਦੇ ਮੰਦਰ ਕੋਲ ਤਾਜਪੁਰ ਰੋਡ 'ਤੇ। ਉਹਦੇ 'ਚ SI ਸੁਖਵਿੰਦਰ ਸਿੰਘ ਡਿਊਟੀ ਅਫਸਰ ਸੀਗੇ, ਉਹਨਾਂ ਨੂੰ ਆ ਕੇ ਮਿਲੇ ਸੀ, ਉਹਨਾਂ ਕੰਪਲੇਂਟ ਲਿਖ ਲਈ ਸੀਗੀ। ਉਸ ਸਮੇਂ ਜਿਹੜੀ ਉਹਨਾਂ ਵੀਡੀਓ ਦਿਖਾਈ ਹੈ, ਉਹਦੇ ਵਿੱਚ ਕਾਰ ਦਾ ਨੰਬਰ ਸਹੀ ਨਹੀਂ ਸੀ ਆ ਰਿਹਾ, ਅਤੇ ਸੁਖਵਿੰਦਰ ਸਿੰਘ ਨੇ ਜਿਹੜਾ ਹੁਣ ਜਿਹੜਾ ਸੇਫ ਸਿਟੀ ਨਾਲ ਸੰਪਰਕ ਕੀਤਾ ਹੋਇਆ, ਸੇਫ ਸਿਟੀ ਤੋਂ ਉਹਦਾ ਪਿੱਛੋਂ ਪੂਰਾ ਡਾਟਾ ਕਢਾ ਕੇ ਕਾਰ ਦਾ ਪਤਾ ਕਰਕੇ ਅਤੇ ਉਹਦੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਕਰ ਦਿੰਦੇ ਹਾਂ। ਸਰ, ਨੌਜਵਾਨ ਕਹਿ ਰਿਹਾ ਮੈਂ ਕੰਪਲੇਂਟ ਦਿੱਤੀ ਸੀ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਨਹੀਂ, ਉਹ ਦੁਬਾਰਾ ਆਇਆ ਨਹੀਂ, ਥਾਣੇ ਮਿਲਿਆ ਨਹੀਂ ਗਾ, ਇੱਕ ਵਾਰੀ ਮਿਲ ਕੇ ਦੁਬਾਰਾ ਨਹੀਂ ਆਇਆ, ਸੁਖਵਿੰਦਰ ਸਿੰਘ ਨੂੰ ਬੁਲਾ ਰਹੇ ਸੀਗੇ, ਹੁਣ ਉਹਨੂੰ ਮੈਂ ਵੀ ਬੁਲਾ ਰਿਹਾ ਵਾਂ, ਉਹਨੂੰ ਕਹਿ ਦਿੱਤਾ ਜਦੋਂ ਵੀ ਆਉਂਦਾ ਆ ਕੇ ਹੀ ਕਾਰਵਾਈ ਕਰ। ਜਲਦੀ ਤੋਂ ਜਲਦੀ ਕਾਰਵਾਈ ਕੀਤੀ, ਸਾਡੇ ਵੱਲੋਂ ਕੋਈ ਦੇਰ ਨਹੀਂ ਹੋਈ। ਅਸੀਂ 32 ਸੈਕਟਰ ਤੋਂ ਆ ਰਹੇ ਸੀਗੇ, 3 ਦਿਨ ਸੀਗੇ, ਅਤੇ ਸ਼ਨੀ ਦਾ ਮੰਦਰ ਕਰੋਸ ਕਰਨ ਲੱਗੇ ਸੀ, ਘਰੇ ਜਾ ਰਹੇ ਸੀਗੇ, ਪਰ ਗੱਡੀ ਆਈ ਸੀਗੀ ਤੇਜ਼ ਰਫ਼ਤਾਰ 'ਤੇ, ਉਹਨੇ ਸਾਨੂੰ ਚੱਕ ਕੇ ਮਾਰਿਆ ਉੱਥੇ। ਇਸ ਤੋਂ ਮੌਕੇ 'ਤੇ ਬੇਹੋਸ਼ ਹੋ, ਸਾਨੂੰ ਪਤਾ ਨਹੀਂ ਲੱਗਿਆ। ਬਾਅਦ 'ਚ ਅਸੀਂ ਵੀਡੀਓ ਦੇਖੀ CCTV 'ਤੇ, ਉਹ ਤੇਜ਼ ਰਫ਼ਤਾਰ ਉਹਨੇ ਸਾਨੂੰ ਚੱਕ ਕੇ ਮਾਰਿਆ। ਅਤੇ ਬਾਅਦ ਸਾਨੂੰ ਲੋਕਾਂ ਨੇ ਉੱਥੇ ਚੱਕ ਕੇ ਲੈ ਗਏ, ਉੱਥੇ ਗੱਡੀ ਲੋਕਾਂ ਨੇ ਉੱਥੇ ਰੋਕਣ ਦੀ, ਭੀੜ ਨੇ ਕੋਸ਼ਿਸ਼ ਕੀਤੀ ਗੱਡੀ ਰੋਕਣ, ਉਹਨੇ ਭੀੜ 'ਤੇ ਵੀ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ। ਅੱਛਾ। ਅਤੇ ਬਾਅਦ 'ਚ ਉਹਨੇ ਗੱਡੀ ਰੋਂਗ ਸਾਈਡ ਤੋਂ ਭਜਾ ਕੇ ਲੈ ਗਏ। ਅੱਛਾ, ਇਹ ਕਿਹੜਾ ਏਰੀਆ ਸੀ, ਕਿੰਨੇ ਵਜੇ ਦੀ ਘਟਨਾ ਸੀ, ਤੁਸੀਂ ਕਿੱਥੋਂ ਆਏ ਸੀ? 10:30 ਵਜੇ ਦੀ ਘਟਨਾ ਹੈ, ਸ਼ਨੀ ਦੇ ਮੰਦਰ ਦੇ ਸਾਹਮਣੇ, ਟਾਈਪ ਰੋਡ ਹੈ, ਟਾਈਪ ਰੋਡ ਸ਼ਨੀ ਦੇ ਮੰਦਰ ਸਾਹਮਣੇ। ਅੱਛਾ। ਅਤੇ ਅਸੀਂ 32 ਸੈਕਟਰ ਤੋਂ ਆ ਰਹੇ ਸੀ, ਘਰੇ ਜਾ ਰਹੇ ਸੀਗੇ ਅਸੀਂ। ਕਿੰਨੇ ਵਜੇ ਦਾ ਟਾਈਮ ਸੀ? 10:30 ਵਜੇ। 10:30 ਵਜੇ। 10:30। ਠੀਕ ਹੈ। ਅਤੇ ਜਿਹੜਾ ਗੱਡੀ ਵਾਲਾ, ਉਹ ਫੜਿਆ ਗਿਆ ਸੀ, ਫੜਿਆ ਨਹੀਂ ਗਿਆ? ਨਹੀਂ ਨਹੀਂ ਫੜਿਆ ਹੀ ਨਹੀਂ ਗਿਆ, ਉਹਨੇ ਨਾਲ ਹੀ ਭੱਜ ਗਿਆ, ਉੱਥੇ ਭੀੜ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਮੌਕੇ 'ਤੇ ਫਰਾਰ ਹੋ ਗਿਆ। ਤੁਸੀਂ ਬਾਈਕ ਦੇ ਵਿੱਚ ਕਿੰਨੇ ਜਣੇ ਸੀਗੇ? ਅਸੀਂ 3 ਜਣੇ ਸੀਗੇ ਬਾਈਕ 'ਤੇ। ਅੱਛਾ, ਤੁਹਾਡੇ ਸੱਟਾਂ ਲੱਗੀਆਂ ਨੂੰ, ਬਾਕੀਆਂ ਦੇ ਵੀ ਲੱਗੀਆਂ? ਬਾਕੀਆਂ ਦੇ ਵੀ ਲੱਗੀਆਂ। ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ? ਉਹਦੇ ਸਿਰ 'ਤੇ ਟਾਂਕੇ ਲੱਗੇ। ਅੱਛਾ। ਲੱਗੇ ਮੂੰਹ, ਪੈਰ, ਪੁਰ ਛਿੱਲੇ ਨੇ। ਅੱਛਾ, ਕਿੰਨੇ ਦਿਨ ਹੋ ਗਏ ਇਸ ਗੱਲ ਨੂੰ? 3 ਦਿਨ ਹੋ ਚੁੱਕੇ। ਪੁਲਿਸ ਕੰਪਲੇਂਟ ਕੀਤੀ ਫਿਰ ਤੁਸੀਂ? ਕੀਤੀ, ਦਰਖਾਸਤ ਲਿਖਾਈ ਸੀ। ਅੱਛਾ, ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ?
ਪੁਲਿਸ ਵਾਲੇ ਤੋਂ ਪਹਿਲੇ ਦਰਖਾਸਤ ਲਿਖਾਉਣ ਗਏ, ਉਹ ਕਹਿੰਦੇ ਮੇਰਾ ਨੰਬਰ ਲੈ ਲਓ, ਗੱਡੀ ਨੰਬਰ ਮਿਲੇਗਾ ਅਤੇ ਫਿਰ ਆ ਜਾਇਓ। ਫਿਰ ਉੱਥੇ ਬੋਲੇ, ਫਿਰ ਉਹਨੇ ਧੱਕਿਆਂ ਨਾਲ ਦਰਖਾਸਤ ਲਿਖੀ ਹੈ। ਬਾਕੀ ਕਹਿੰਦੇ ਸੀਗੇ ਗੱਡੀ ਨੰਬਰ ਲੈ ਕੇ ਆਓ, ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ। ਮੈਂ ਕੋਰਟ ਚ ਆ, ਬਾਅਦ ਚ ਦੇਖਾਂਗੇ, ਬਸ ਏਦੀ ਟਾਲ ਰਹੇ ਨੇ। ਸਾਹਿਬ ਮਿਲੇ ਗੱਡੀ ਵਾਲਾ ਫੜੇ ਬਸ। ਉਹਦੇ ਵਿੱਚ ਸਾਨੂੰ ਇਤਲਾਹ ਮਿਲੀ ਸੀਗੀ ਵੀ ਕਾਰ ਵਾਲਾ ਕੋਈ, ਉਹਨੇ ਜਿਹੜਾ ਬਾਈਕ 'ਤੇ ਤਿੰਨ ਮੁੰਡੇ ਜਾ ਰਹੇ ਉਹਨੂੰ ਟੱਕਰ ਮਾਰੀ, ਐਕਸੀਡੈਂਟ ਕੀਤਾ ਸ਼ਨੀ ਦੇ ਮੰਦਰ ਕੋਲ ਤਾਜਪੁਰ ਰੋਡ 'ਤੇ। ਉਹਦੇ 'ਚ ਐਸ ਆਈ ਸੁਖਵਿੰਦਰ ਸਿੰਘ ਡਿਊਟੀ ਅਫਸਰ ਸੀਗੇ, ਉਹਨਾਂ ਨੂੰ ਆ ਕੇ ਮਿਲੇ ਸੀ, ਉਹਨਾਂ ਕੰਪਲੇਂਟ ਲਿਖ ਲਈ ਸੀਗੀ। ਉਸ ਸਮੇਂ ਜਿਹੜੀ ਉਹਨਾਂ ਵੀਡੀਓ ਦਿਖਾਈ ਹੈ ਉਹਦੇ ਵਿੱਚ ਕਾਰ ਦਾ ਨੰਬਰ ਸਹੀ ਨਹੀਂ ਸੀ ਆ ਰਿਹਾ, ਅਤੇ ਸੁਖਵਿੰਦਰ ਸਿੰਘ ਨੇ ਜਿਹੜਾ ਹੁਣ ਜਿਹੜਾ ਸੇਫ ਸਿਟੀ ਨਾਲ ਸੰਪਰਕ ਕੀਤਾ ਹੋਇਆ, ਸੇਫ ਸਿਟੀ ਤੋਂ ਉਹਦਾ ਪਿੱਛੋਂ ਪੂਰਾ ਡਾਟਾ ਕਢਾ ਕੇ ਕਾਰ ਦਾ ਪਤਾ ਕਰਕੇ ਅਤੇ ਉਹਦੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਕਰ ਦਿੰਦੇ ਹਾਂ। ਸਰ ਨੌਜਵਾਨ ਕਹਿ ਰਿਹਾ ਮੈਂ ਕੰਪਲੇਂਟ ਦਿੱਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਨਹੀਂ ਉਹ ਦੁਬਾਰਾ ਆਇਆ ਨਹੀਂ, ਥਾਣੇ ਮਿਲਿਆ ਨਹੀਂਗਾ, ਇੱਕ ਵਾਰੀ ਮਿਲ ਕੇ ਦੁਬਾਰਾ ਨਹੀਂ ਆਇਆ। ਸੁਖਵਿੰਦਰ ਸਿੰਘ ਨੂੰ ਬੁਲਾ ਰਹੇ ਸੀਗੇ, ਹੁਣ ਉਹਨੂੰ ਮੈਂ ਵੀ ਬੁਲਾ ਰਿਹਾ ਵਾਂ, ਉਹਨੂੰ ਕਹਿ ਦਿੱਤਾ ਜਦੋਂ ਵੀ ਆਉਂਦਾ ਆ ਕੇ ਇਹ ਕਾਰਵਾਈ ਕਰ, ਜਲਦੀ ਤੋਂ ਜਲਦੀ ਕਾਰਵਾਈ ਕੀਤੀ, ਸਾਡੇ ਵੱਲੋਂ ਕੋਈ ਦੇਰ ਨਹੀਂ ਹੋਈ। ਠੀਕ ਹੈ।